ਸਰੋਂ ਦਾ ਹੁਣ ਰਕਬਾ ਵੱਧ ਰਿਹਾ ਪੰਜਾਬ ਦੇ ਵਿੱਚ, ਅਤੇ ਡਾਕਟਰ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਕਿ ਅੱਜ ਵੀ ਇੱਥੇ ਜੀ ਐਸ ਸੀ ਸੱਤ ਦਾ ਵੀ ਬੀਜ ਮਿਲ ਰਿਹਾ, ਰਾਇਆ ਦੀਆਂ ਵੀ ਕਿਸਮਾਂ ਦਾ ਬੀਜ ਮਿਲ ਰਿਹਾ, ਤੋਰੀਏ ਦਾ ਵੀ ਆ। ਅਤੇ ਤੋਰੀਏ ਦਾ ਜਿਹੜਾ ਢੁਕਵਾਂ ਸਮਾਂ ਉਹ ਸਤੰਬਰ ਦਾ ਮਹੀਨਾ, ਹੁਣ ਤੁਸੀਂ ਤੋਰੀਆ ਜਿਹੜਾ ਆ ਉਹ ਖਰੀਦ ਕੇ ਅਤੇ ਉਹਦੀ ਬਿਜਾਈ ਕਰ ਸਕਦੇ ਹਾਂ ਆਪਾਂ। 1.5 ਕਿਲੋ ਬੀਜ ਪੈਂਦਾ ਕਿੱਡੇ ਦਾ ਤੋਰੀਏ ਦਾ, ਅਤੇ ਜਿੱਥੇ ਆਪਾਂ ਜੀ ਐਸ ਸੀ ਸੱਤ ਜਿਹੜਾ ਬੀਜ ਮਿਲ ਰਿਹਾ ਜਾਂ ਪੀ ਜੀ ਐਸ ਐਸ 1707 ਹਾਈਬ੍ਰਿਡ ਆ, ਗੋਭੀ ਸਰੋਂ ਜਿਹੜੀਆਂ ਨੇ ਕਿਸਮਾਂ, ਇਹਨਾਂ ਦੇ ਬੀਜ ਕਿਤੇ ਜਿਹੜੇ ਅਸੀਂ ਬੀਜਣੇ ਆ, ਇਹਨਾਂ ਦਾ ਜਿਹੜਾ ਸਹੀ ਸਮਾਂ ਉਹ 10 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਹੈ ਜੇ ਅਸੀਂ ਕੇਰਾ ਕਰਕੇ ਬੀਜਣਾ। ਅਤੇ ਜਿੱਥੇ ਕਿਤੇ ਅਸੀਂ ਲੇਟ ਹੋ ਜਾਂਦੇ, ਜੇ ਝੋਨਾ ਸਾਡਾ ਲੇਟ ਵੱਢਿਆ ਜਾਂਦਾ, ਜਿੱਥੇ ਅਸੀਂ ਅਕਤੂਬਰ ਤੱਕ ਐਂਡ ਤੱਕ ਝੋਨਾ ਚਲਾ ਜਾਂਦਾ, ਜੇ ਅਸੀਂ ਨਵੰਬਰ ਦੇ ਵਿੱਚ ਗੋਭੀ ਬੀਜਣਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਪਨੀਰੀ ਰਾਹੀਂ ਗੋਭੀ ਬੀਜ ਸਕਦੇ ਹਾਂ। ਨਵੰਬਰ ਦਾ ਪੂਰਾ ਮਹੀਨਾ ਅਤੇ 15 ਦਸੰਬਰ ਤੱਕ ਅਸੀਂ ਗੋਭੀ ਪਨੀਰੀ ਰਾਹੀਂ ਵੀ ਬੀਜ ਸਕਦੇ ਹਾਂ। ਪਨੀਰੀ ਰਾਹੀਂ ਜਿਹੜੀ ਗੋਭੀ ਤਿਆਰ ਕਰਨੀ ਆ, ਜਿੱਥੇ ਦੂਸਰਾ ਕੇਰੇ ਨਾਲ ਬੀਜ ਆ ਜਿਹੜਾ ਉਹ 1.5 ਕਿਲੋ ਪੈਂਦਾ ਕਿੱਡੇ ਦਾ, ਪਨੀਰੀ ਰਾਹੀਂ ਜਦੋਂ ਅਸੀਂ ਤਿਆਰ ਕਰਨੀ ਆ, ਉਹਦੇ ਨਾਲ ਸਿਰਫ 400 ਗ੍ਰਾਮ ਬੀਜ ਆਏਗਾ ਸਾਡਾ ਕਿੱਡੇ ਦਾ। 8 ਮਰਲੇ ਜਗ੍ਹਾ ਦੇ ਵਿੱਚ ਅਸੀਂ 400 ਗ੍ਰਾਮ ਜਿਹੜਾ ਬੀਜ ਆ ਉਹਦੀ ਬਿਜਾਈ ਕਰ ਸਕਦੇ ਹਾਂ। 4.5 ਕਿਲੋ ਯੂਰੀਆ ਅਤੇ 4 ਕਿਲੋ ਸੁਪਰ ਖੇਤ ਤਿਆਰ ਕਰਨਾ ਜਿਹੜੇ ਪਹਿਲਾਂ ਹੀ ਪਾ ਦੇਣੇ ਹਾਂ, ਉਸ ਤੋਂ ਬਾਅਦ ਅਸੀਂ ਜਿਹੜਾ ਉਹ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਵੀ ਕਿੱਲੇ ਦਾ ਉਹ ਬਹੁਤ ਹੈ। ਅਤੇ 30 ਦਿਨਾਂ ਦੀ ਜਿਹੜੀ ਪਨੀਰੀ ਤਿਆਰ ਹੋਣ ਤੋਂ ਬਾਅਦ 30 ਦਿਨਾਂ ਦੀ ਪਨੀਰੀ ਅਸੀਂ ਖੇਤ ਵਿੱਚ 1.5 ਫੁੱਟ ਦੇ ਫਾਸਲੇ ਦੇ ਉੱਤੇ ਥਾਲੀਆਂ ਕੱਢ ਕੇ ਪਾਣੀ ਛੱਡ ਕੇ ਉਹਦੇ 'ਚ ਅਸੀਂ ਇਹਨੂੰ ਪਨੀਰੀ ਜਿਹੜੀ ਲਗਾ ਸਕਦੇ ਹਾਂ, ਅਤੇ 1.5 ਫੁੱਟ ਦਾ ਫਾਸਲਾ ਰੱਖਣਾ ਗੋਭੀ ਸਰੋਂ ਦੀ, ਇਹ ਧਿਆਨ ਰੱਖੋ। ਅਤੇ ਅਗਲੀ ਗੱਲ ਹੈ ਕਿ ਵੀ 30 ਦਿਨਾਂ ਨੂੰ ਵੱਧ ਨਾ ਕਰੀਏ, ਜਿੰਨਾ ਅਸੀਂ ਇਹਨੂੰ ਅੱਗੇ ਵਧਾਉਂਦੇ ਜਾਵਾਂਗੇ ਉਹਨਾਂ ਸਾਡਾ ਝਾੜ ਵੀ ਘੱਟਦਾ, ਇਹ 'ਚ ਵਾਧਾ ਨਹੀਂ ਹੁੰਦਾ ਫਿਰ ਇੰਨੀ ਛੇਤੀ। 30 ਦਿਨਾਂ ਦੀ ਜਿਹੜੀ ਪਨੀਰੀ ਹੈ ਉਹ ਅਸੀਂ ਤਿਆਰ ਕਰਕੇ ਬਿਜਾਈ ਕਰ ਸਕਦੇ ਹਾਂ। ਇਸੇ ਤਰ੍ਹਾਂ ਰਾਇਆ ਦਾ ਜਿਹੜਾ ਸਹੀ ਸਮਾਂ ਆ ਉਹ ਅਕਤੂਬਰ ਦਾ ਮਹੀਨਾ ਪੂਰਾ, ਅਤੇ ਰਾਇਆ ਦੀ ਅਸੀਂ ਬਿਜਾਈ ਜਿਹੜੀ ਆ ਉਹ ਕਤਾਰ ਤੋਂ ਕਤਾਰ ਦਾ ਫਾਸਲਾ, ਤੋਰੀਆਂ ਰਾਇਆ ਜਾਂ ਤਾਰਾਂ ਵੀਰਾ ਇਹਨਾਂ ਦਾ ਕਤਾਰ ਤੋਂ ਕਤਾਰ ਦਾ ਫਾਸਲਾ 1 ਫੁੱਟ ਦਾ, ਗੋਭੀ ਸਰੋਂ ਦੇ ਵਿੱਚ ਕਤਾਰ ਤੋਂ ਕਤਾਰ ਦਾ ਫਾਸਲਾ 1.5 ਫੁੱਟ ਦਾ, 45 ਸੈਂਟੀਮੀਟਰ। ਇਹ ਜ਼ਰੂਰ ਧਿਆਨ ਰੱਖਿਓ ਕਿਉਂਕਿ ਜਿੰਨਾ ਗੋਭੀ ਸਰੋਂ ਦਾ ਫੈਲਾਅ ਬਹੁਤ ਹੋ ਜਾਂਦਾ, ਜੇ ਅਸੀਂ ਸੰਘਣੀ ਕਰ ਦਾਂਗੇ ਉਹਦੇ ਨਾਲ ਸਾਨੂੰ ਬਾਅਦ ਵਿੱਚ ਸਾਨੂੰ ਵਿੱਚੋਂ ਨਿਕਲਣਾ ਔਖਾ ਜਾਂ ਉਹਨੂੰ ਵੱਢਣ ਵੇਲੇ ਸਾਨੂੰ ਸਮੱਸਿਆਵਾਂ ਆਉਂਦੀਆਂ ਨੇ। ਇਸ ਲਈ ਇਹ ਜ਼ਰੂਰ ਧਿਆਨ ਰੱਖੋ ਕਿ ਇਹਦਾ ਕਤਾਰ ਤੋਂ ਕਤਾਰ ਦਾ ਜਿਹੜਾ ਸਹੀ ਫਾਸਲਾ ਉਹ ਰੱਖਿਆ ਜਾਵੇ, ਜੇ ਚੰਗਾ ਝਾੜ ਲੈਣਾ ਅਸੀਂ ਫਸਲ ਦਾ